ਸਾਰਾ ਅਸਰ ਕਹਿੰਦੇ ਬੀਜੇਪੀ ਸਰਕਾਰ ਹੀ ਚਾਹੁੰਦੇ ਹਾਂ ਜਿਹੜਾ ਕਿ ਦੇਸ਼ ਵਿੱਚ ਇਲੇ ਨਾਂ ਕਰਾ ਦੀ ਹੈ ਔਰ ਸਾਡੇ ਵਰਲਡ ਵਿੱਚ ਨਾਂ ਚਲਾਦਾ ਇਲੇ ਇੰਡੀਆ ਦਾ। ਅਤੇ ਸ਼ਾਮ ਲਾਲ ਉਹ ਖੜੋਤੇ ਦੇ ਇਹਦੀ ਜਗ੍ਹਾ ਹੋਰ ਕੋਈ ਵੀ ਖੜੋਤੇ ਦਾ ਹੁੰਦਾ ਬੀਜੇਪੀ ਦਾ ਤੇ ਉਸੀ ਗਾ ਅਸੀਂ ਵੋਟ ਪਾਉਣਾ ਹੈ ਤੇ ਉਹਨੇ ਗਾ ਜਿੱਤਣਾ। ਮੋਦੀ ਵੀ ਆਉਣੀ ਚਾਹੀਦੀ ਔਰ ਕੋਈ ਸ਼ਾਮ ਲਾਲ ਹੋਰ ਜਿੱਤ ਵੀ ਆਉਣ ਤੇ ਅਸੀਂ ਸ਼ੁਰੂ ਕੋਲ ਲਈਏ ਵਿਕਰੀ ਸਰਕਾਰ ਹੀ ਵੋਟ ਪਾਉਣੇ ਤੇ ਨਹੀਂ ਪਾਉਣਾ। जम्मू कश्मीर में 24 सीटों पर पहले चरण के चुनाव हो चुके हैं और अगले दोनों चरण के तहत होने वाले चुनावों की तैयारी जोरों पर है। जहां चुनावों को सफल बनाने के लिए आयोग पूरी तरह से सक्रिय है तो वहीं विभिन्न पार्टियों के उम्मीदवार अपने अपने क्षेत्रों में जाकर लोगों से वोट मांग रहे हैं। अब चूंकि मतदान को बस कुछ ही दिन शेष है और जनता के वोट तय करेंगे कि किसकी सरकार बनेगी, लेकिन लोग किसे वोट देंगे और किसे नहीं ये तो वक्त ही बताएगा। वहीं इन सबके बीच जनता की क्या राय है, जनता किसके हक में है और किसके विरुद्ध जनता की क्या शिकायतें हैं, इन सब की जानकारी लेने के लिए जेके अपडेट की टीम इन दिनों विभिन्न क्षेत्रों का दौरा कर रही है। आज अपने दौरे के दौरान हमारी टीम पहुंची जम्मू नॉर्थ के पंचायत रायपुर ए मोहल्ला में, जहां लोगों से बातचीत की गई और लोगों की नब्ज को टटोला गया कि वे उन उम्मीदवारों को लेकर क्या सोचते हैं जो उनके क्षेत्र से चुनाव मैदान में उतरे हैं। आज तक यहां पर क्या हुआ, क्या नहीं और क्या रुझान है यहां के लोगों के, आइए जानें। दिनेश कुमार शर्मा सर। दिनेश जी केड़ी गल उन्होंने रैपर बन तला दे जी। रैपर बन तला च केड़ी सरकार जी चाहंदे हो और केड़ा लीडर जेड़ा तुंदा होना चाहदा? सारा अस कहदे बीजेपी सरकार ही चाहंदे जेड़ा के देश विच इले नां करा दी है और साडे वर्ल्ड विच नां चलादा इले इंडिया दा ते अस बीजेपी कहदे चाहंदे हमारे। ਕਿਉਂ ਲੱਗਦਾ ਕਿ ਜੰਮੂ ਨਾਰਥ ਦੇ ਕੰਸਟੀਟਿਊਸ਼ਨ ਜਿੱਥੇ ਦੋ ਤਰ੍ਹਾਂ ਵੀ ਖੁੱਲਦੇ ਨੇ ਉਹ ਵੀ ਤੇ ਬੜੇ ਅੱਛੇ ਲੀਡਰ ਨੇ ਜੀ? ਨਹੀਂ ਸਰ, ਜਿਹੜਾ ਕਹਿੰਦੇ ਸਾਡੇ ਇੰਡੀਆ ਦੇ ਵਿੱਚ ਸਾਡਾ ਕੰਮ ਕਰਾਏਗਾ ਸਾਡੇ ਵਾਸਤੇ ਉਹ ਅੱਛਾ ਹੈ, ਉਹ ਕੰਮ ਕਰਾਈ ਸਕਦੇ ਨੇ ਬੀਜੇਪੀ ਵਾਲੇ। ਕੀ ਡਿਮਾਂਡਾਂ ਤੁਹਾਡੀ ਸਰਕਾਰ ਆਉਂਦੀ ਹੈ, ਤੁਹਾਡੀ ਚੁਣਿਆ ਦਾ ਲੀਡਰ ਆਉਂਦਾ ਆ ਤੇ ਕਿਹੜੀਆਂ ਮੰਗਾਂ ਜਿਹੜੇ ਤੁਹਾਡੇ ਉਹਨਾਂ ਦੇ ਰੱਖੇ? ਸਾਡਾ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਏ, ਜਿਹੜੇ ਸਾਡੇ ਬੱਚੇ ਪੜ੍ਹੇ ਲਿਖੇ ਦੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਔਰ ਸਾਡੇ ਜਿਹੜੇ ਪਾਣੀ ਦੇ ਮਸਲੇ ਜ਼ਮੀਨੇ ਦੇ ਮਸਲੇ ਨੇ ਜਿਹੜੇ ਪਾਣੀ ਚਾਹੀਦਾ ਸਾਨੂੰ ਇਹ ਕੰਮ ਕੀਤੇ ਜਾਣ। ਔਰ ਇਹ ਕੌਣ ਕਰਾਇਆ ਸਕਦਾ ਕੰਮ? ਇਹ ਬੀਜੇਪੀ ਸਰਕਾਰ ਕਰਾਇਆ ਸਕਦੀ ਔਰ ਜਿਹੜੇ ਇਸ ਥੂਰੇ ਕੈਂਡੀਡੇਟ ਨੇ ਸ਼ਾਮ ਲਾਲ ਸ਼ਰਮਾ ਔਰ ਉਹਗਾ ਕਰਾਇਆ ਸਕਦੇ ਸਰ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਮਪਾਲ ਸ਼ਰਮਾ। ਰਾਮਪਾਲ ਜੀ ਕਿਹੜੀ ਸਰਕਾਰ ਦੇ ਪਾਣੀ ਆਣੀ ਚਾਹੀਦੀ? ਬੀਜੇਪੀ ਦੀ ਆਣੀ ਚਾਹੀਦੀ। ਇਹਨੇ 370 ਦਫਾ ਤਰੋੜੀ, 35A ਕੀ ਤਰੋੜਿਆ, ਹੋਰ ਲੋਕਾਂ ਦੇ ਇੰਨੇ ਜਨਰਲ ਡਿਵੈਲਪਮੈਂਟ ਬੜੀ ਹੈ, ਰਸਤੇ ਗਲੀਆਂ ਬਿਜਲੀ ਪੋਲ ਵਗੈਰਾ ਘਰ ਘਰ ਸੜਕਾਂ ਪਜਾਈ ਦੀਆਂ, ਇਹਨੇ ਬੜਾ ਡਿਪਾਰਟਮੈਂਟ ਕੀਤਾ ਹੈ। ਕੀ ਲੱਗਦਾ ਇਸ ਵਾਰੀ ਕਿਹੜਾ ਲੀਡਰ ਜਿਹੜਾ ਸੁਖਰੂ ਤੇ ਉਹ ਜਿੱਤੇਗਾ? ਅਸੀਂ ਮੁੰਡਾ ਦਾ ਬੀਜੇਪੀ ਕੀ ਵੋਟ ਪਾਉਂਦੇ ਹਾਂ, ਜਿਹੜਾ ਜਨਮ ਕੇ ਸੰਘ ਹੀ ਓਲਾ ਹੀ ਪਾਉਂਦੇ ਹੈ, ਉਹਦਾ ਬਾਅਦ ਵੀ ਪਾਉਂਦੇ ਹੈ ਤੇ ਸ਼ਾਮ ਲਾਲ ਉਹ ਖੜੋਤੇ ਦੇ ਨੇ, ਇਹਦੀ ਜਗ੍ਹਾ ਹੋਰ ਕੋਈ ਵੀ ਖੜੋਤੇ ਦਾ ਹੁੰਦਾ ਬੀਜੇਪੀ ਦਾ ਤੇ ਉਸੀ ਗਾ ਅਸੀਂ ਵੋਟ ਪਾਉਣਾ ਹੈ ਤੇ ਉਹਨੇ ਗਾ ਜਿੱਤਣਾ। ਵੈਸ਼ਨੋ ਦੇਵੀ। ਕੀ ਲੱਗਦਾ ਇਸ ਵਾਰੀ ਕਿਹੜੀ ਸਰਕਾਰ ਪਾਣੀ ਦੇਵੀ? ਮੋਦੀ ਵੀ ਆਉਣੀ ਚਾਹੀਦੀ ਔਰ ਕੋਈ ਸ਼ਾਮ ਲਾਲ ਹੋਰ ਜਿੱਤ ਵੀ ਆਉਣ ਤੇ ਅਸੀਂ ਸ਼ੁਰੂ ਕੋਲ ਲਈਏ ਵਿਕਰੀ ਸਰਕਾਰ ਹੀ ਵੋਟ ਪਾਉਣੇ ਤੇ ਨਹੀਂ ਪਾਉਣਾ। ਕੀ ਲੱਗਦਾ ਤੁਸੀਂ ਸ਼ਾਮ ਲਾਲ ਹੋਰ ਜਿੱਤਣਗੇ ਉਹ ਤੁਹਾਡੀ ਗੱਲਾਂ ਸੁਣਨਗੇ? ਹੁਣ ਆਸ ਤੇ ਐ ਰੱਖੀ ਵੀ ਹੁਣ ਫਿਰ ਬਾਅਦ ਦੀ ਗੱਲ ਹੈ। ਭਲਾ ਬੀਜੇਪੀ ਕਿਉਂ? ਬੀਜੇਪੀ ਨੇ ਇੰਨੀ ਮਹਿੰਗਾਈ ਕਰੀ, ਲੋਕ ਬੋਲਦੇ ਬੜੀ ਮਹਿੰਗਾਈ ਵੀ ਰਹੀ ਹੈ, ਬੀਜੇਪੀ ਦੇ ਬਿੱਲ ਵਧੀਆ ਦੇਣਾ। ਮਹਿੰਗਾਈ ਫਿਰ ਜ਼ਮਾਨੇ ਦੇ ਕੰਨੇ ਮਹਿੰਗਾਈ ਵੀ ਤੇ ਹੁੰਦੀ ਹੈ ਨਾ, ਮਹਿੰਗਾਈਆਂ ਵਧੀਆਂ ਤੇ ਜਿਹੜੀਆਂ ਨੌਕਰੀਆਂ ਹੁੰਦੀਆਂ ਤਨਖਾਹੀਆਂ ਵੀ ਤੇ ਵਧਾ ਦੀਆਂ ਕਹਿਣਾ। ਹਾਂ ਤੇ ਦਿਹਾੜੀ ਵਾਲੀਆਂ ਦਿਹਾੜੀਆਂ ਚ ਜ਼ਿਆਦਾ ਹੋਈ ਜਾਂਦੀ ਗੱਲ ਦੇਖਿਆ ਜਾਣਾ। ਤੇ ਅਗਰ ਤੁਹਾਡੀ ਜਿੱਤੀ ਦੀ ਸਰਕਾਰ ਆਉਂਦੀ ਹੈ, ਤੁਹਾਡਾ ਚੁਣਿੰਦਾ ਲੀਡਰ ਬਣੀ ਜਾਂਦਾ ਸ਼ਾਮ ਲਾਲ, ਹਾਂਜੀ, ਤੇ ਕਿਹੜੀਆਂ ਜਿਹੜੀ ਤੁਹਾਡੀ ਮੰਗਾਂ ਜਿਹੜੀਆਂ ਉਹਦੇ ਅੱਗੇ ਰੱਖ ਕੇ ਰਹੇ? ਮੰਗਾਂ ਫਿਰ ਜੇ ਲੈ ਉਹ ਜਿੱਤੀ ਜਾਂਗਣ ਤੇ ਫਿਰ ਉਹਨੇ ਦੱਸਗੇ, ਫਿਰ ਮੰਗਾਂ ਤੇ ਫਿਰ ਕਰਨਗੇ ਪੂਰੀਆਂ ਆਪੇ ਸਾਡੀਆਂ ਮੰਗਾਂ ਵੀ। ਤੁਹਾਨੂੰ ਲੱਗਦਾ ਕਿ ਉਹ ਕੰਮ ਕਰਨਗੇ? ਹੁਣ ਆਖਦੇ ਧਿਆਨ ਸਾਰੇ, ਹੁਣ ਜੇ ਲੈ ਬਾਅਦ ਪਤਾ ਲੱਗਦਾ ਨਾ, ਜੇ ਲੈ ਜਿੱਤੀ ਜਾਣ ਤੇ ਫਿਰ
ਮੇਰਾ ਨਾਮ ਮਹਿੰਦਰ ਕੁਮਾਰ ਪੰਚ ਆ। ਮਹਿੰਦਰ ਕੁਮਾਰ ਜੀ, ਵਿਧਾਨ ਸਭਾ ਦੇ ਚੁਣਾਵ ਜਿਹੜੇ ਦਾ ਸ਼ੁਰੂ ਹੋਈ ਦਿਨ ਪਹਿਲਾ ਮਤਦਾਨ ਜਿਹੜਾ ਕੱਲ੍ਹ ਦਾ ਹੋ ਜਾਂਦਾ ਔਰ ਜੰਮੂ ਚ ਪਹਿਲੀ ਤਰੀਕ ਆ ਵੋਟਿੰਗ ਹੋ ਰਹੀ ਹੈ, ਅਜੇ ਸਲੋਤਰਾ ਜੀ ਦੁਨੀਆ ਚਾਹੁੰਦੀ ਨਹੀਂ ਚਾਹੁੰਦੀ, ਉਹਨੇ ਐਸਾ ਆਖੀ ਸਕਦਾ, ਲੇਕਿਨ ਜਿਹੜਾ ਹੁੰਦਾ ਨਿਸ਼ਾਨ ਹੈ ਜਿਸ ਚੀਜ਼ ਪਰ ਉਹ ਖੜੋਤੇ ਤੋਂ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਨੇ, ਕਿਉਂਕਿ ਦੀਆਂ ਉਹਨੇ ਬੋਲਿਆ ਕਿ ਅਸੀਂ ਸ਼ਿਵ ਜੀ ਕੀ ਮੰਦਰ ਦੇ ਬਾਅਦ ਬਣਾਈਆ, ਅਸੀਂ ਸੁਲੇਮਾਨ ਨੂੰ ਬਣਾ ਗਏ, ਅਸੀਂ ਇਹ ਕਰਗੇ, ਉਹਦੇ ਕਰਨੇ ਕੀ ਹੁੰਦਾ ਕਿ ਇੱਕ ਲੀਡਰੀ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਹੈ। ਡਿਵੈਲਪਮੈਂਟ ਪਰ ਤੁਸੀਂ ਗੱਲ ਕਰੋ, ਡਿਵੈਲਪਮੈਂਟ ਪਰ ਤੁਸੀਂ ਜਬ ਕੁਝ ਸੁਣਾਓ ਕਿ ਅਸੀਂ ਇਹ ਬਣਾਇਆ, ਅਸੀਂ ਮਾੜ ਉਹ ਬਣਾਇਆ, ਮਾੜ ਬਣਾਇਆ ਕਿ ਸ਼ਾਇਦ ਨਹੀਂ ਹੈ, ਕਿਉਂਕਿ ਉੱਥੇ ਵੀ ਮਾੜ ਦੇ ਵਿੱਚ ਵੀ ਰਹੇ ਨਾ ਮੇਰੇ ਰਿਸ਼ਤੇਦਾਰੀ ਪਾਦਨੇਰ ਸਾਈਡ। ਸਰ 2014 ਦਾ ਪਹਿਲੇ ਨਾ ਉਸ ਏਰੀਏ ਵਿੱਚ ਲੰਘਾਉਂਦਾ ਵੀ ਨਹੀਂ ਹੈ, ਜਿਸ ਟਾਈਮ 'ਚ ਪ੍ਰਧਾਨ ਮੰਤਰੀ ਮੋਦੀ ਬਣਿਆ ਨਾ, ਅਤੇ ਮੈਂ ਫਸਟ ਟਾਈਮ ਉਸ ਬਾਰੇ ਗ੍ਰਾਂ 'ਚ ਉਸ ਬਾਅਦ 'ਚ ਗਿਆ ਕਿ ਮੈਂ ਹੈਰਾਨ ਹੋਈ ਦੇਖਿਆ ਕਿ ਇੰਨੀ ਡਿਵੈਲਪਮੈਂਟ ਉਸ ਗ੍ਰਾਂ 'ਚ ਹੋਈ। ਅਤੇ ਹੁਣ ਸਾੜਾ ਇਸ ਰੈਪਰ ਮੇਅਰ ਰੈਪਰ ਦਾ ਇਹ ਕਿੱਥੇ ਮੱਲਾ ਖੜਬੂਜਾ ਹੈ, ਕੋਈ ਦੁਨੀਆ ਪਤਾ ਨਹੀਂ ਹੋਣਾ ਕਿ ਸ਼ਾਮ ਮੈਂ ਦੇਖਿਆ ਅਜੇ ਸਲੋਤਰਾ ਵੀ ਨਹੀਂ ਪਤਾ ਹੋਣਾ ਕਿ 2300 ਘਰ ਹੈ ਇੱਥੇ, ਮਤਲਬ ਨਹੀਂ ਮਤਲਬ ਖੜਬੂਜਾ ਹੈ ਕੋਈ ਕੁਝ ਨਹੀਂ ਆ, ਲੇਕਿਨ ਸਾੜਾ ਜਲਦਾ ਬੀਜੇਪੀ ਸਰਕਾਰ ਆਈ, ਬਹੁਤ ਕੰਮ ਹੋਏ, ਕਿਰਾਏ ਵੀ ਕਿਤੇ ਵੀ, ਔਰ ਅਸੀਂ ਕਿਸਾਨ ਹਾਂ, ਜ਼ਿਮੀਦਾਰੀ ਹੈ ਸਾਡੇ ਕੋਲ, ਸਾਨੂੰ 6-6 ਹਜ਼ਾਰ ਰੁਪਇਆ ਹੁੰਦਾ ਹੈ, 25-30 ਘਰ ਨੇ ਜਿਹੜੇ ਸਾਡੀ ਜ਼ਿਮੀਦਾਰੀ ਦੇ ਮਤਲਬ ਕੁੰਬੇ ਨੇ ਉਹਨੇ ਹਰ 6-6 ਹੁਣ ਅੱਛਾ। ਉਹਦੇ ਬਾਅਦ ਸਾਡੇ ਕੋਲ ਗਊਆਂ ਥੋਈਆਂ, ਸਾਨੂੰ ਡੰਗਰ ਥੋਏ, ਸਾਨੂੰ ਚੂਚੇ ਤੱਕ ਥੋਏ, ਮੁਰਗੇ ਪਾਲਣੇ ਵਾਸਤੇ ਥੋਏ, ਹਰ ਚੀਜ਼ ਦੀ ਸਾਨੂੰ ਸੁਵਿਧਾ ਥੋਈ, ਅਤੇ ਫਿਰ ਅਸੀਂ ਉਹਦੇ ਗੁਣ ਗਾਣ ਚਾਹੀਦੇ, ਜਿਹੜਾ ਕੰਮ ਕਰ ਰਿਹਾ ਉਹਦਾ ਨਾਂ ਲੈਂਦੇ, ਕੋਈ ਸ਼ਰਮ ਨਹੀਂ ਹੈ। ਨਹੀਂ ਹਾਂ ਉਹਨੇ ਚੁਣਦੇ, ਬਿਲਕੁਲ ਚੁਣਦੇ, ਲੇਕਿਨ ਉਹਦੇ ਇੱਕ ਖਾਸੀ ਮੈਂ ਤੁਹਾਨੂੰ ਸੁਣਾਉਣਾ, ਮੈਂ 2011 ਵਿੱਚ ਸੋਲ ਭਲਵਾਲ ਗਿਆ ਹਾਂ ਸਰ, ਮੈਂ ਉਹ ਤਲਾਅ ਦੇਖਿਆ ਨਾ, ਮੈਂ ਉਹ ਰੂਹ ਖੁਸ਼ ਹੋਈ ਆ ਕਿ ਯਾਰ ਇਹ ਲੀਡਰ 2014 ਵਿੱਚ ਬੀਜੇਪੀ ਸਰਕਾਰ ਦੇ ਨਹੀਂ, ਮੋਦੀ ਦੇ ਨਹੀਂ, ਲੇਕਿਨ ਉੱਥੇ ਬੜਾ ਕੰਮ ਕਰਾਇਆ ਉਹਨੇ, ਮੈਂ ਆਖਿਆ ਕਿ ਇਹ ਲੀਡਰ ਅਗਰ ਬੀਜੇਪੀ ਵਿੱਚ ਆਈਆ ਇੰਨਾ ਅੱਛਾ ਕੰਮ ਕਰਾ, ਸਾਨੂੰ ਤਾਂ ਬੜੀ ਖੁਸ਼ੀ ਗੱਲ ਹੋਈ, ਔਰ ਬਹੁਤ ਅੱਛਾ ਕੰਮ ਉਹਨੇ ਕਰਾਇਆ, ਔਰ ਸਾਨੂੰ ਇੰਨੀ ਉਮੀਦ ਹੈ ਕਿ ਇਸ ਏਰੀਏ ਵਿੱਚ ਵੀ ਉਹ ਇਹ ਮਤਲਬ ਕੋਈ ਫੁੱਲੇ ਗੁਲਾਬਾਂ ਲੱਖਾ ਰੱਖਣਗੇ। ਸੁਰਿੰਦਰ ਕੁਮਾਰ ਤਰੱਕੀ ਕਰੇ ਪੂਰੇ ਦੇਸ਼ ਹੀ ਬੜੀ, ਹੁਣ ਬੀਜੇਪੀ ਜਦੋਂ ਚਲੇ ਮੋਦੀ ਸਾਹਿਬ ਆਏ ਦਿਨ ਪੂਰੇ ਬੜ ਚ ਇਲਾ ਹਿੰਦੁਸਤਾਨ ਚ ਦੂਆ ਜਾਂ ਤ੍ਰੀਆ ਨੰਬਰ ਚ ਸਾਡਾ ਹਿੰਦੁਸਤਾਨ ਪੁੱਜੀ ਦਾ, ਲੇਕਿਨ ਅੱਜ ਦਿਨ ਤੱਕ ਬੜੀਆਂ ਸਰਕਾਰਾਂ ਵੀ ਆਈ ਆ, ਬੜਾ ਕੁਛ ਆਇਆ, ਲੇਕਿਨ ਹਿੰਦੁਸਤਾਨ ਦਾ ਕੋਈ ਕਿਸੇ ਕੰਟਰੀ 'ਚ ਇੰਨਾ ਲੋਕੀ ਉਹ ਨਹੀਂ ਆਈ, ਚਾਹਤ ਨਹੀਂ ਆਈ, ਕਿਉਂਕਿ ਮੋਦੀ ਸਾਹਿਬ ਜਦੋਂ ਦੇ ਆਏ ਦਿਨ ਪੂਰਾ ਹਿੰਦੁਸਤਾਨ 'ਚ ਜੈ ਜੈਕਾਰ ਮੋਦੀ ਸਾਹਿਬ ਦੀ ਹੁੰਦੀ ਹੈ, ਔਰ ਅਸੀਂ ਇਹ ਚਾਹੁੰਦੇ ਹਾਂ ਕਿ ਮੋਦੀ ਸਾਹਿਬ ਦੀ ਗਿਆ ਸਰਕਾਰ ਬਣਿਆ, ਜੇਕਰ ਸਾਡੇ ਜੰਮੂ ਕਸ਼ਮੀਰ ਦਾ ਬਾਗੇ ਜੇਕਾ ਉਜਵਲ ਹੋਵੇ, ਅੱਛੀ ਤਰੱਕੀ ਹੋਵੇ, ਦਿਨ ਦੁੱਗਣੀ ਰਾਤ ਚੌਗਣੀ ਹੋਵੇ, ਜਾਤ ਪਾਤ ਦਾ ਕੋਈ ਵਿੱਚ ਮਸਲਾ ਨਹੀਂ ਹੋਵੇ, ਕਿਉਂਕਿ ਮੋਦੀ ਸਾਹਿਬ ਇੱਕ ਐਸੇ ਨੇ ਉਹਨੇ ਕੋਈ ਜਾਤ ਪਾਤ ਕਰਨੇ ਕੋਈ ਲੈਣਾ ਦੇਣਾ ਨਹੀਂ ਹੈ, ਹਰ ਬੰਦੇ ਦਾ ਅੱਛਾ ਹੈ ਸੋਚਦੇ ਨੇ, ਕੋਈ ਵੀ ਹੋਵੇ ਚਾਹੇ ਉਹ ਕੋਈ ਵੀ ਜਾਤ ਦਾ ਹੋਵੇ, ਉਹਨੇ ਕਦੇ ਅੱਜ ਦਿਨ ਤੱਕ ਜਾਤੀਵਾਦ ਵੀ ਨਹੀਂ ਕੀਤਾ, ਲੇਕਿਨ ਇਹ ਹੈ ਕਿ ਕੁਛ ਵਿੱਚ ਐਸੀ ਸਿਆਸਤੀ ਲੋਕ ਜੇ ਜਾਤ ਪਾਤ ਕਰੀ ਜਾਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ,
ਅਸ ਇਹੀ ਚਾਹੁੰਦੇ ਹਾਂ ਕਿ ਬੀਜੇਪੀ ਕਮਲ ਦੇ ਫੁੱਲਾਂ ਦੀ ਵੋਟ ਦਿਓ, ਕਾਮਯਾਬ ਬਣਾਓ। ਔਰ ਅਸ ਕੱਲ ਕਿ ਇਹਦੇ ਕੋਲ ਜਾਣੇ ਜੁਗੜੇ ਬਣ ਚਾ ਕਿ ਕੱਲ ਆਪਣੇ 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 ਗ੍ਰਾਮ ਮਹੱਲੇ ਦਾ ਆਪਣੇ ਆਪਣੇ ਪੂਰੇ ਜੰਮੂ ਕਸ਼ਮੀਰ ਦਾ ਲੋਕ ਜਾਣ ਉਹਦੇ ਕੋਲ, ਹੋਰ ਵੀ ਬਾਕੀ ਜੱਗੇ ਬਣਨ ਬੀਜੇਪੀ ਦੇ ਉਹਦੇ ਕੋਲ ਜਾਣ ਤੇ ਆਪਣੇ ਆਪਣੇ ਗ੍ਰਾਮ ਲਈ ਤਰੱਕੀ ਕਰਾਉਣ। ਰਜਿੰਦਰ ਸ਼ਰਮਾ ਰਜਿੰਦਰ ਜੀ, ਕੀ ਲੱਗਦਾ ਇਸ ਵਾਰੀ ਅਜੇ ਸਧੁਰਤਾ ਜੰਮੂ ਨਾਰਥ ਜੋ ਜਿੱਤਣਗੇ ਜਾਂ ਸ਼ਾਮ ਲਾਲ? ਇਹਦੇ ਬਾਰੇ ਆਸਰ ਹੈ ਕਿਆ ਚੀਜ਼ ਹੈ, ਲੇਕਿਨ ਸ਼ਾਮ ਲਾਲ ਦਾ ਪੱਲਾ ਭਾਰੀ ਹੈ। ਕੀ ਲੱਗਦਾ ਕਿ ਹੁੰਦਾ ਪੱਲਾ ਜਿਹੜਾ ਭਾਰੀ ਇਸ ਵਾਰ, ਕਿਉਂਕਿ ਅਜੇ ਸਧੁਰਤਾ ਜੀ ਬੜੇ ਪੁਰਾਣੇ ਲੀਡਰ ਨੇ? ਮੈਨੇ ਕੰਮ ਸ਼ੰਮ ਕਾਫੀ ਕੀਤੇ ਦਿਨ ਉਹਦੀ ਵਜ੍ਹਾ ਕਰਨਾ ਪਹਿਲਾਂ ਵੀ ਜਿਹੜੇ ਕਿਸ ਤਰ੍ਹਾਂ ਦੇ ਮਸਲੇ ਜਿਹੜੇ ਨੇ ਅਜੇ ਤੁਹਾਡੀ ਸਰਕਾਰ ਆਉਂਦੀ ਹੈ, ਬੀਜੇਪੀ ਸਰਕਾਰ ਆਉਂਦੀ ਹੈ, ਸ਼ਾਮ ਲਾਲ ਉੱਥੋਂ ਜਿੱਤਦੇ ਨੇ ਤੁਹਾਡੀ ਕੌਂਸਲ ਚ ਜੰਮੂ ਨਾਰਥ ਰੀਜ, ਤੇ ਕਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਮਸਲੇ ਹੋਣਗੇ ਤਾਂ ਕਿ ਤੁਸੀਂ ਲੱਗਦਾ ਕਿ ਸਾਡੇ ਸ਼ਾਮ ਲਾਲ ਜਿਹੜੇ ਹੱਲ ਕਰਨਗੇ? ਉਹ ਚਲੋ ਮਸਲੇ ਬਾਅਦ ਚ ਦੇਖੀਏ, ਜਿਲ੍ਹੇ ਬਾਕੀ ਵੋਟ ਵੋਟ ਹੈ ਨਹੀਂ ਗਾ ਦੇਣਾ, ਬਸ ਇੰਨਾ ਕੁ। ਕੀ ਨਾਮ ਹੁੰਦਾ? ਦਰਸ਼ਨਾ। ਮੈਂ ਦਿੱਕਤ ਆ, ਤੁਸੀਂ ਤਾਂ ਭਜਨ ਭੁਜਨ ਗਾ ਰਹੇ ਤੇ ਮੈਂ ਤੂੰ ਨਿਕਲਾ ਰਹਾ, ਤੇ ਇਸ ਵਾਰੀ ਕੀ ਲੱਗਦਾ ਤੁਸੀਂ ਕਿਹੜੀ ਸਰਕਾਰ ਅਜੇ ਤੋਂ ਤੁਹਾਡਾ ਜਿੱਤਣਾ ਜਾਂ ਸ਼ਾਮ ਲਾਲ ਹੋਣੇ? ਸ਼ਾਮ ਲਾਲ ਹੋ ਰਹੇ। ਅੱਛਾ, ਉਹਨੇ ਕਹਿ ਲਈ ਜਿੱਤਣਾ? ਮੋਦੀ ਦੀ ਸਰਕਾਰ ਹੈ ਭਾਈ, ਕਰਾਂਦੇ ਨੇ ਉਹ ਜੀ। ਇਹ ਅਜੇ ਉਹ ਨਹੀਂ ਕਰਾਂਦੇ ਕੰਮ, ਚੱਲ ਉਹੀ ਹੁੰਦੀ ਇਹ ਕਰਾਂਦੇ ਨੇ ਸਾਰੇ, ਸ਼ਾਮ ਲਾਲ ਔਰ ਮੋਦੀ ਔਰ ਕਰਾਂਦੇ ਨੇ ਸਾਡੇ ਕੰਮ ਕਰਾਂਦੇ ਨੇ। ਹਾਂਜੀ, ਤੇ ਅਗਰ ਸ਼ਾਮ ਲਾਲ ਔਰ ਜਿੱਤੀ ਹੁੰਦੇ ਨੇ ਤੇ ਕਿਹੜੀ ਤੁੰਦੀਆਂ ਮੰਗਾਂ ਜਿਹੜੀ ਹੁੰਦੀ ਅੱਗੇ ਰੱਖਣੀਆਂ ਹੈ? ਹੁੰਦੀਆਂ ਰੱਖਗੇ ਮੰਗਾਂ, ਸਾਰਾ ਕੰਮ ਕਰਾਣਗੇ, ਸਾਰੇ ਮਨਾਂ ਦੀਆਂ ਪੁੱਛ ਕੇ ਹੋਣੇ ਤੇ ਸਾਰਾ ਕੁਛ ਕਰਾਓ। ਕੀ ਚਾਹੁੰਦੇ ਹੋ, ਕਿਹੜੇ ਕੰਮ ਤੁੰਦੇ ਹੋਣੇ ਚਾਹੀਦੇ? ਸਾਰੇ ਸਾਰੇ ਕੰਮ ਅਸੀਂ ਭਾਈ, ਕੋਈ ਕੋਈ ਰਸਤੇ ਬਣਾਓ, ਕੋਈ ਪਾਣੀ, ਕੋਈ ਬਿਜਲੀ, ਕੋਈ ਕੁਛ, ਇਹ ਕੁਛ ਚਾਹੀਦਾ ਹੁੰਦਾ ਅਸੀਂ। ਜੋਤੀ ਸ਼ਰਮਾ। ਜੋਤੀ ਜੀ, ਕੀ ਲੱਗਦਾ ਤੁਸੀਂ ਕਿ ਇਸ ਵਾਰੀ ਕਿਹੜੀ ਸਰਕਾਰ ਜਿਹੜੀ ਆਉਣੀ ਚਾਹੀਦੀ, ਜਿਹੜੀ ਤੁਹਾਡੇ ਇਸ ਵਿੱਚ ਗੱਲ ਕਰਾਂ? ਸਾਡੇ ਵਾਸਤੇ ਤੇ ਬੀਜੇਪੀ ਆਉਣੀ ਚਾਹੀਦੀ ਹੈ। ਕਿਉਂ ਲੱਗਦਾ ਬੀਜੇਪੀ ਕਿਉਂ ਆਉਣੀ ਚਾਹੀਦੀ? ਸਾਡੇ ਲੋਕਡਾਊਨ 'ਚ ਵੀ ਉਹਨੇ ਸਾਡੀ ਬੜੀ ਮਦਦ ਕੀਤੀ ਦੀ ਹੈ, ਰਾਸ਼ਨ ਦਿੱਤੇ ਦਾ ਸਾਨੂੰ ਫ੍ਰੀ, ਸਾਰੀ ਸਹਾਇਤਾ ਕਰਦੇ ਇਹ ਸਾਡੀ ਮਦਦ ਕੀਤੀ, ਭੁੱਖੇ ਨਹੀਂ ਮਰਨ ਦਿੱਤਾ ਸਾਨੂੰ ਬੀਜੇਪੀ ਨੇ। ਉਹ ਤੇ ਭਾਈ, ਉਹ ਤੇ ਤਨਖਾਹੀਆਂ ਵੀ ਵਧੀ ਗਈਆਂ ਨੇ, ਸਭ ਕੁਛ ਹੈ, ਦਿਹਾੜੀ ਮਜ਼ਦੂਰੇ ਦੀ ਦਿਹਾੜੀਆਂ ਵੀ ਵਧੀਆਂ ਨੇ, ਉਹ ਤੇ ਵਧਣਾ, ਉਹ ਸਭ ਕੁਛ ਹੋਣਾ, ਮਹਿੰਗਾਈ ਵੀ ਹੋਣੀ, ਸਭ ਕੁਛ ਹੋਣਾ। ਕਦੋਂ ਦੇ ਵੋਟ ਜਿਹੜੇ ਬੀਜੇਪੀ ਦੀ ਪਾਉਂਦੇ ਆ ਰਹੇ? ਅਸ ਮੈਂ ਤੇ ਹੁਣ ਹੋਈ ਹੈ 22-23 ਸਾਲ ਹੋਈ ਹੈ ਪਾਉਂਦੇ ਵੋਟ ਬੀਜੇਪੀ ਦੀ ਪਾਇਆ। ਹਾਂ, ਬੀਜੇਪੀ ਦੀ ਪਾਇਆ। ਇਸ ਵਾਰੀ ਤੁਹਾਡੇ ਇਥੋਂ ਲੀਡਰ ਜਿਹੜਾ ਕੌਣ ਖੜਤੇ ਦਾ? ਸ਼ਾਮ ਲਾਲ। ਕੌਣ ਜਿੱਤਣਾ ਚਾਹੁੰਦਾ? ਸ਼ਾਮ ਲਾਲ। ਸ਼ਾਮ ਲਾਲ ਗਾ, ਸ਼ਾਮ ਲਾਲ ਗਾ ਜਿੱਤਣੇ ਚਾਹੀਦੇ ਨੇ। ਕਿਉਂ ਕਿਉਂ ਜਿੱਤਣੇ ਚਾਹੀਦੇ? ਕਿ ਅਸ ਕਮਲ ਫੁੱਲ ਗਈ ਗਏ ਦਿੰਦੇ ਆ, ਮੋਦੀ ਹੋਣੀ ਗੇ ਵੋਟ ਦਿੰਦੇ ਆ, ਤੇ ਬੀਜੇਪੀ ਨੇ ਗੇ ਜਿੱਤਣਾ ਸਾਰਾ? ਅਸ ਬੀਜੇਪੀ ਕੀ ਮੁੰਡੂ ਦਾ ਬੀਜੇਪੀ ਕੀ ਵੋਟ ਦਿੰਦੇ ਆ, ਬੀਜੇਪੀ ਕੀ ਗੇ ਵੋਟ ਦੇਣਾ? ਅਸੀਂ ਸਾਨੂੰ ਗੈਸ ਵਗੈਰਾ ਸਿਲੰਡਰ ਦਿੱਤੇ, ਉਜਵਲ ਯੋਜਨਾ ਦਿੱਤੀ ਸਾਨੂੰ ਮਹਿਲਾਏ ਗੀ, ਅਸੀਂ ਗੀ ਉਹਨੇ ਬੜੇ ਰੋਜ਼ਗਾਰ ਦਿੱਤੇ, ਔਰਤਾਂ ਗੀ ਚਲਾਉਣੇ ਵਾਸਤੇ ਕਾਰੋਬਾਰ ਵੀ ਆਖਿਆ ਕਿ ਇਹ ਕਰੋ, ਸਾਰੀ ਬੜੀ ਸਹਾਇਤਾ ਕੀਤੀ ਮੋਦੀ ਹੋਣੇ ਮਹਿਲਾਏ ਦੀ, ਬੜੀ ਮਦਦ ਕਰਦੇ ਨੇ ਮੋਦੀ ਔਰ ਸਾਡੀ, ਅਸੀਂ ਇਹੋ ਚਾਹੁੰਦੇ ਹਾਂ ਕਿ ਬੀਜੇਪੀ ਗਵੇ ਮੋਦੀ ਔਰ ਗਾਉਣ। साई ओम पावर सिस्टम लाए हैं एक्साइड नियो ई रिक्शा, अब नए रूप व स्टाइल में, वो भी पहले से अधिक दमदार। एक्साइड नियो में अब आया है बड़ा डैशबोर्ड, वो भी एंड्रॉयड डिस्प्ले के साथ, यूएसबी चार्जर विद पावरफुल साउंड सिस्टम के साथ, जबकि एक्साइड नियो अब आ गया है लेड एसिड के साथ लिथियम बैटरी में, जो देगा आपको एक बार चार्ज करने पर 130 किलोमीटर माइलेज। 1200 वॉट की पावरफुल मोटर हर चढ़ाई को बनाए आसान।
पावरफुल शॉकर व बेहतरीन सस्पेंशन, फ्रंट में अधिक पावरफुल शॉकर, नए मजबूत एलॉय व्हील, अधिक रोशनी वाली हेडलाइट व इंडिकेटर, मजबूत रूफ टॉप कैरियर व गर्मी से बचाव के लिए रूफ मैट, जबकि यात्रियों की सुरक्षा के लिए राइट साइड प्रोटेक्शन। वहीं यात्रियों के साथ सामान ढोने के लिए एक्साइड नियो बन जाएगा पहले से बड़ा, चढ़ाई चढ़ने के लिए हैवी गियर व अधिक पकड़ वाली हैंड ब्रेक यानी एक्साइड नियो ई रिक्शा अब नई लुक के साथ आया है नए फीचर्स में। इस वीडियो को देखकर आने वालों को मिलेगा 5100 रुपए का कैश डिस्काउंट, तो देर किस बात की, आज ही आएं और ले जाएं अपना नया एक्साइड नियो ई रिक्शा। हमारा पता है साई ओम पावर सिस्टम, लास्ट मैटाडोर स्टैंड, आनंद नगर, बुहड़ी, जम्मू। फोन नंबर 0191-255-4360-255-4359। जम्मू कश्मीर की खबरों के लिए जुड़े रहिए जीके अपडेट के साथ।